1984 तो बाद फिर फैडरेशन का किमें रहा, क्योंकि सरकार तो सरकार की नज़र तुहाडे ते सीधी सी, ते ओ फिर जिहड़ा 1995 तक का जिहड़ा उस समा है कि जिवें जिवें सिखां दे नाल जां पंजाब दे विच सिख नौजवानी का जिवें कहान किया गया, तो उस समय दे विच किवें जिहड़ा उह समा किवें दा फैडरेशन दा रहा? उस समा जी बहुत वड्डा समा खतरनाक समा सीगा जी। जिस तरह पहला आपां सुणदे आं कि जकरिया खान ने दूसरियां ने सिखां दे सिरां दे मुल पाए ने, 84 तो बाद भी इस तरह के भाणा वरत्या जिहड़ा आपां देखिए तशद्दद होए ने। के पी एस गिल सीगा, रबेरो सीगा, रे गवर्नर सीगा, जिहड़े ये बंदे सी इन्हां ने, ये जिहड़े पंजाब दे अफसर सीगे, इन्हां ने जो जुल्म पंजाब दे नौजवानां ते कीता वो बहुत असह सी। कोई अज भी तुसी किसी पिंड दे विच चले जाओ ते तुहानूं पिंडां दे परिवार ऐसे घर मिलदे ने जिन्हां घरां दे चुल्हे बुझे हुए ने, जिन्हां घरां दे नौजवान शहीद हो गए ने, उन्हां दे मावां दे पुत चल गए ने, भैणां गईयां ने, इत्थों तक नौजवानां दे नौजवान किसी नूं इन्हां ने ना वड्डियां नूं छड्डिया ना छोटियां नूं छड्डिया, लड़कियां दीआं वी शहादतां होईआं, बजुर्गां दीआं वी शहादतां होईआं, ते अजे शहादतां वी होईआं, ते उन्हां ते तशद्दद वी होए, ऐसे ऐसे तशद्दद जिहनूं आपां ਉਹਦੀਆਂ ਕਹਾਣੀਆਂ ਸੁਣੋ ਤਾਂ ਰੌਂਗਟੇ ਖੜੇ ਹੋ ਜਾਂਦੇ। ਫੈਡਰੇਸ਼ਨ ਦਾ ਕੀ ਮਤਲਬ? ਮੈਂ ਕਹਿ ਰਿਹਾ ਸੀ ਵੀ ਉਹ ਫੈਡਰੇਸ਼ਨ ਨੇ ਜਦੋਂ ਉਸ ਤੋਂ ਬਾਅਦ ਤੁਸੀਂ ਦੇਖੋ ਫੈਡਰੇਸ਼ਨ ਤੋਂ ਪਹਿਲਾਂ ਫਰਵਰੀ 1984 'ਚ ਹੀ ਫੈਡਰੇਸ਼ਨ 'ਤੇ ਪਾਬੰਦੀ ਲਾ ਦਿੱਤੀ ਸੀ ਕੇਂਦਰੀ ਸਰਕਾਰ ਵੱਲੋਂ, ਬੈਨ ਕਰ ਦਿੱਤੀ ਗਈ। ਕਦੋਂ ਤੱਕ ਇਹ ਇਹ ਮੁੜ ਕੇ ਆ ਕੇ ਬੜਾ ਲੰਬਾ ਸਮਾਂ ਬਾਅਦ ਆ ਕੇ ਇਹ 'ਤੇ ਜਿਹੜਾ ਉਹ ਇਹਨੂੰ ਕੀਤਾ ਗਿਆ ਲਓ? ਅੱਛਾ। ਅਤੇ ਉਹ ਇਸ ਤੋਂ ਜਦੋਂ ਪਾਬੰਦੀ ਲਾਤੀ ਫਿਰ ਉਸ ਤੋਂ ਬਾਅਦ 84 ਦਾ ਜਦੋਂ ਹਮਲਾ ਹੋ ਜਾਂਦਾ, ਇੰਨਾ ਵੱਡਾ ਉਹ ਤੁਸੀਂ ਲੜਾਈ ਲੜੀ ਗਈ, ਪਾਬੰਦੀ ਪਹਿਲਾਂ ਲਾ ਦਿੱਤੀ? ਹਾਂਜੀ, ਪਹਿਲਾਂ ਫਰਵਰੀ 'ਚ ਲਾ ਦਿੱਤੀ ਗਈ ਸੀ, ਫਰਵਰੀ 84 'ਚ। ਓਕੇ ਓਕੇ। ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜੇਲ੍ਹਾਂ ਦੇ ਵਿੱਚ ਜਿਹੜੀ ਉੱਥੋਂ ਫੈਡਰੇਸ਼ਨ ਦੀ ਲੀਡਰਸ਼ਿਪ ਸੀ ਬੇਟੀ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਹੋ ਜਾਂਦੀ ਆ, ਬਾਕੀ ਜਿਹੜੇ ਹਰਮਿੰਦਰ ਸਿੰਘ ਸੰਧੂ ਸੀਗਾ, ਭਾਈ ਮਨਜੀਤ ਸਿੰਘ ਸੀਗੇ, ਮਹਿਤਾ ਚਾਵਲਾ, ਦੂਸਰੇ ਵਿਰਸਾ ਸਿੰਘ ਹੋਣੀ ਗਿੱਲ ਸੀਗੇ, ਕੁੰਮਣ ਸੀਗੇ, ਦੂਸਰੇ ਜਿੰਨੇ ਸਾਰੇ ਇਹ ਸਾਰੇ ਇਹਨਾਂ ਨੂੰ ਫੜ ਕੇ ਪਹਿਲਾਂ ਅਜਮੇਰ ਦੀ ਜੇਲ੍ਹ 'ਚ ਕੱਢਿਆ, ਫਿਰ ਉਹਨਾਂ ਨੂੰ ਜੋਧਪੁਰ ਜੇਲ੍ਹ 'ਚ ਰੱਖਿਆ ਗਿਆ। ਅਤੇ ਮਗਰ ਜਿਹੜਾ ਸੀ ਉਹ ਇੱਕਦਮ ਸਾਰੀ ਸੀ ਸੁਣ ਛਣ ਚ ਆ ਗਈ, ਲੇਕਿਨ ਇਹਦੇ ਬਾਵਜੂਦ ਵੀ ਸਿੱਖ ਨੌਜਵਾਨਾਂ ਦੇ ਵਿੱਚ ਉਹ ਜਿਹੜਾ ਜਜ਼ਬਾ ਸੀਗਾ ਉੱਠਿਆ, ਉਹ ਕਈ ਸੰਸਥਾਵਾਂ ਤੁਸੀਂ ਦੇਖੋ ਉਹਦੇ 'ਚ ਹਥਿਆਰਬੰਦ ਲੜਾਈ ਵੀ ਲੜੀ ਗਈ, ਉਹਦੇ ਵਿੱਚ ਫੈਡਰੇਸ਼ਨ ਦੇ ਵੀ ਸੀਗੇ, ਉਹਦੇ ਵਿੱਚ ਹੋਰ ਵੀ ਸਾਰੇ ਸੀ ਲੋਕਾਂ ਨੇ, ਅਤੇ ਉਹ ਤਾਂ ਜਿਹੜਾ ਜੰਗ ਜੂ ਦਾ ਸਮਾਂ ਬੜਾ ਖਤਰਨਾਕ ਸੀ, ਕਿਉਂਕਿ ਤਸ਼ੱਦਦ ਹੀ ਇੰਨਾ ਸੀ ਕਿ ਜਿਹੜੇ ਨੌਜਵਾਨ 'ਤੇ ਸਿਰ 'ਤੇ ਦਸਤਾਰ ਸੀ ਉਹਨੂੰ ਪੁਲਿਸ ਵੱਲੋਂ ਜਿਸ ਤਰ੍ਹਾਂ ਦਾ ਸੀਗਾ ਵੀ ਉਹਨੂੰ ਰਹਿਣ ਨਹੀਂ ਦੇਣਾ। ਜਿਸ ਤਰ੍ਹਾਂ ਤੁਸੀਂ ਦੇਖੋ ਵੀ 84 ਦੇ ਹਮਲੇ ਤੋਂ ਬਾਅਦ ਕੁਝ ਦਿਨ ਬਾਅਦ ਹੀ ਜਦੋਂ ਆਪਣੇ ਸਿੱਖ ਫੌਜੀ ਬੈਰਕਾਂ 'ਚ ਆਉਂਦੇ ਨੇ, ਜੇ ਕਿਤੇ ਉਸ ਵਕਤ ਜਿਹੜੇ ਫੌਜੀ ਸੀ ਉਹ ਆਪਣੀਆਂ ਬੈਰਕਾਂ ਛੱਡ ਕੇ ਅਤੇ ਉਹ ਸਰਕਾਰ ਦੇ ਵਿਰੁੱਧ ਬਗਾਵਤ ਨਾ ਕਰਦੇ ਤਾਂ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਪੰਜਾਬ ਦਾ 12 ਸਾਲ ਤੋਂ ਲੈ ਕੇ 21 ਸਾਲ ਦਾ ਗੱਭਰੂ ਉਹ ਨਹੀਂ ਸੀ ਸਰਕਾਰ ਨੇ ਰਹਿਣ ਦਿੱਤਾ, ਰਹਿਣ ਦੇਣਾ। ਉਹ ਜਦੋਂ ਸਿੱਖ ਫੌਜੀ 'ਚ ਫੌਜ 'ਚ ਬਗਾਵਤ ਹੋਈ ਤਾਂ ਉਹਦੇ ਨਾਲ ਸਰਕਾਰ ਘਬਰਾਹਟ 'ਚ ਆ ਗਈ, ਲੇਕਿਨ ਜਿਹੜਾ ਤਸ਼ੱਦਦ ਜਿਹੜੇ ਸਿੱਖ ਫੌਜੀ ਆਪਣੀਆਂ ਬੈਰਕਾਂ 'ਚੋਂ ਰਾਮਗੜ੍ਹ ਤੋਂ, ਜੰਮੂ ਕਸ਼ਮੀਰ ਤੋਂ, ਰਾਜਸਥਾਨ ਤੋਂ ਆਏ ਨੇ, ਜਿਹੜੇ ਤਸ਼ੱਦਦ ਉਹਨਾਂ ਨੇ ਸਹੇ ਨੇ ਨਾ ਉਹਨਾਂ ਫੌਜੀਆਂ ਨੇ, ਉਹ ਵੀ ਇੱਕ ਆਏ ਨੇ। ਫਿਰ ਉਹਨਾਂ ਫੌਜੀਆਂ ਨੂੰ ਸਜ਼ਾਵਾਂ ਹੋਈਆਂ, ਉਹਨਾਂ 'ਤੇ ਕੋਰਟ ਮਾਰਸ਼ਲ ਹੋਏ, ਉਹਨਾਂ ਨੇ ਜੇਲ੍ਹਾਂ ਕੱਟੀਆਂ। ਜਿੰਨੇ ਡਿਸਿਪਲਨ 'ਚ ਸਿੱਖ ਫੌਜੀਆਂ ਨੇ, ਜਿਹੜੇ ਧਰਮੀ ਫੌਜੀ ਜਿਹਨੂੰ ਆਪਾਂ ਨੂੰ ਕਹਿੰਦੇ ਹਾਂ, ਜਿੰਨੇ ਡਿਸਿਪਲਨ 'ਚ, ਜਿੰਨੇ ਸਹਿ 'ਚ, ਨਿਮਰਤਾ 'ਚ ਉਹਨਾਂ ਨੇ ਜੇਲ੍ਹਾਂ ਕੱਟੀਆਂ, ਕਮਾਲ ਕੀਤੀ ਆ। ਸਿੱਖ ਪੰਥ ਨੇ ਉਹਨਾਂ ਦੀ ਕੁਰਬਾਨੀ ਦਾ ਵੀ ਮੁੱਲ ਨਹੀਂ ਪਾਇਆ। ਉਹਨਾਂ ਫੌਜੀ ਸਾਡੇ ਬਹੁਤ ਵੱਡਾ ਸਰਮਾਇਆ ਨੇ। ਇਸ ਤਰ੍ਹਾਂ ਫੈਡਰੇਸ਼ਨ ਨੇ ਵੀ ਉਸ ਤੋਂ ਮਗਰੋਂ ਰੀਆਰਗੇਨਾਈਜੇਸ਼ਨ ਕੀਤਾ ਸੀ। ਕਦੋਂ ਹੋਈ ਇਹ? 1900 ਜਦੋਂ ਹਮਲੇ ਤੋਂ ਬਾਅਦ ਹੀ 85 'ਚ ਹੀ ਦੁਬਾਰਾ, 84 ਦੇ ਲਾਸਟ 'ਚ, 85 ਸ਼ੁਰੂ 'ਚ ਇੱਕ ਜਿਹੜੀ ਐਡੋਕ ਕਮੇਟੀ ਬਣਾਈ ਗਈ, ਜਿਹੜੀ ਨੌਵੇਂ ਬਣੇ ਗਈ, ਉਹ 'ਚ ਹਰਿੰਦਰ ਸਿੰਘ ਕਾਲੂ ਨੂੰ ਉਹਦਾ ਕਨਵੀਨਰ ਬਣਾਇਆ ਗਿਆ। ਦੁਬਾਰਾ ਰੀਆਰਗੇਨਾਈਜੇਸ਼ਨ ਸ਼ੁਰੂ ਹੋਈ, ਜਿਹੜੀ ਕਿ ਅੰਡਰਗਰਾਊਂਡ ਵੀ ਸੀ, ਲੇਕਿਨ ਅਸੀਂ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਨੇ ਅੰਡਰ ਅਪਰ ਗਰਾਊਂਡ ਵੀ ਕੀਤੀਆਂ, ਅੰਡਰ ਸੈਮੀ ਅੰਡਰਗਰਾਊਂਡ ਵੀ ਰਹੇ, ਅਤੇ ਬਾਅਦ ਵੀ ਫੈਡਰੇਸ਼ਨ ਦੇ ਅਸੀਂ ਜਨਰਲ ਹਾਊਸ ਵੀ ਕੀਤੇ, ਕਾਲਜਾਂ ਦੀ ਯੂਨਿਟੀ ਵੀ ਬਣਾਏ ਅਸੀਂ ਸਾਰੀ, ਉਹ ਦੁਬਾਰਾ ਜਿਹੜੀ ਆ ਫੈਡਰੇਸ਼ਨ ਵੱਲੋਂ ਸਾਰੀ ਕਾਰਵਾਈ ਦੁਬਾਰੀ। 77 ਜਨਰਲ ਤੁਸੀਂ ਰਹੇ ਹੋ, ਕਦੋਂ ਬਣਦੇ ਹੋ ਤੁਸੀਂ? ਇਹ ਉਸ ਤੋਂ ਬਾਅਦ ਜਦੋਂ ਅਸੀਂ ਆ ਕੇ 91 ਦੇ ਵਿੱਚ, ਜਦੋਂ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜੋਧਪੁਰ ਜੇਲ੍ਹ 'ਚੋਂ ਰਿਹਾ ਹੋ ਕੇ ਆਉਂਦੀ ਆ। ਅੱਛਾ। ਉਸ ਤੋਂ ਪਹਿਲਾਂ ਜਦੋਂ ਇਹ ਜੇਲ੍ਹ 'ਚ ਸੀ, ਇੱਕ ਉਦੋਂ ਇੱਕ ਪ੍ਰੈਜ਼ੀਡੀਅਮ ਬਣਾਈ ਗਈ ਸੀ, 5 ਮੈਂਬਰੀ ਪ੍ਰੈਜ਼ੀਡੀਅਮ ਅਤੇ ਦਫ਼ਤਰ ਸਕੱਤਰ। ਮੈਂ ਉਹਨੂੰ ਔਫਿਸਰ ਸਤਿਕਾਰ, ਮੈਨੂੰ ਜਿਹੜਾ ਸਾਰਾ ਚਾਰਜ ਦਿੱਤਾ ਗਿਆ, ਮੁੜ ਕੇ ਅਸੀਂ ਪ੍ਰੈਜ਼ੀਡੀਅਮ ਮੈਂਬਰ ਵੀ ਬਣੇ,
ਸਾਰਾ ਕੰਮ ਅਸੀਂ 91 ਦੇ ਵਿੱਚ ਤਾਂ ਫਿਰ ਪਾਬੰਦੀਆਂ ਹਟ ਗਈਆਂ। ਹਾਂਜੀ, ਫਿਰ 91 'ਚ ਜਾ ਕੇ ਜਿਹੜੀ ਆ 99 'ਚ ਫਿਰ ਅਸੀਂ ਜਾ ਕੇ 99 ਦੇ ਵਿੱਚ ਜਿਹੜੀ ਜੋਧਪੁਰ 'ਚ ਜੇਲ੍ਹ ਸੀ ਉਹਨਾਂ ਦੀਆਂ ਰਿਹਾਈਆਂ ਹੋਈਆਂ। ਰਿਹਾਈਆਂ ਤੋਂ ਬਾਅਦ ਹੀ ਜਿਹੜੀ ਆ 99 ਦੀ ਇਲੈਕਸ਼ਨ, ਜਦੋਂ 85 ਦੀ ਇਲੈਕਸ਼ਨ ਹੀ ਹੋਈ ਸੀਗੀ, ਜਦੋਂ ਜਿਹਦਾ ਬਾਈਕਾਟ ਕੀਤਾ ਗਿਆ ਪੰਥ ਕੋਲੋਂ, ਜਿਹਦੇ 'ਚ ਮੁੜ ਕੇ ਜਿਹੜਾ ਗਲਤ ਸਮਝੌਤਾ ਜਿਹੜਾ ਲੌਂਗੋਵਾਲ ਨੇ ਕੀਤਾ, ਕਿਉਂਕਿ ਸਰਕਾਰ ਸਮਝੌਤਾ ਕਰਨੀ ਚਾਹੁੰਦੀ ਸੀ ਫੈਡਰੇਸ਼ਨ ਦੇ ਨਾਲ। ਉਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਜੋਧਪੁਰ ਜੇਲ੍ਹ ਦੇ ਵਿੱਚੋਂ, ਭਾਈ ਮਨਜੀਤ ਸਿੰਘ ਅਤੇ ਹਰਮਿੰਦਰ ਸਿੰਘ ਸੰਧੂ ਸਿੱਖਾਂ ਦੇ ਨੁਮਾਇੰਦੇ ਆਉਂਦੇ ਰਹੇ ਉੱਥੋਂ ਫੈਡਰੇਸ਼ਨ ਵੱਲੋਂ, ਅਰਜਨ ਸਿੰਘ ਉਦੋਂ ਗਵਰਨਰ ਸੀਗਾ, ਉਹ ਉਹਨਾਂ ਨਾਲ ਗੱਲ ਕਰਦੇ ਸੀ, ਉਹਨਾਂ ਨਾਲ ਸਮਝੌਤਾ ਕਰਕੇ ਧੋਖਾ ਕਰਨਾ ਚਾਹੁੰਦੇ ਸੀ ਵੀ ਅਸੀਂ ਤੁਹਾਡਾ ਆਹ ਕਰਨਾ, ਜਿਹੜਾ ਫਿਰ ਉਹਨਾਂ ਨਾਲ ਸਮਝੌਤਾ, ਕਿਉਂਕਿ ਉਹ ਆਪਣੀਆਂ ਟਰਮ ਚੇਂਜ ਕਰਨਾ ਚਾਹੁੰਦੇ ਸੀ ਵੀ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਪਹਿਲਾਂ ਉਸ ਸੈਕਸ਼ਨ ਦੀ, ਅਤੇ ਫਿਰ ਸਾਨੂੰ ਰਿਹਾਅ ਕਰਕੇ ਅਸੀਂ ਫਿਰ ਅਸੀਂ ਕਰਾਂਗੇ। ਲੇਕਿਨ ਉਹਦੇ ਦਰਮਿਆਨ ਹੀ ਅਕਾਲੀ ਦਲ ਨੇ ਬੜਾ ਝੂਠਾ ਜਿਹੜਾ ਸਮਝੌਤਾ ਬਲਵੰਤ ਸਿੰਘ ਅਤੇ ਜਿਹੜਾ ਸੁਰਜੀਤ ਸਿੰਘ ਬਰਨਾਲਾ ਦੇ ਰਾਹੀਂ ਸੰਤ ਲੌਂਗ ਹਰਚੰਦ ਸਿੰਘ ਲੌਂਗਵਾਲ ਨੂੰ ਇਹਨਾਂ ਦਾ ਰਾਜੀਵ ਦੇ ਨਾਲ ਮੁਲਾਕਾਤ ਕੀਤੀ, ਇਹ KPS ਗਿੱਲ ਦੇ ਰਾਹੀਂ ਸਾਰੀ ਕਾਰਵਾਈ ਹੋਈ, ਉਹ ਸਮਝੌਤਾ ਕਰਕੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਧੋਖਾ ਹੋਇਆ। ਜਿਹੜਾ ਪਹਿਲਾ ਸਮਝੌਤਾ ਸੀ ਜਿਹਦੇ ਸਮਝੌਤੇ ਵਿੱਚ ਉਹਨਾਂ ਨੇ ਸ਼ਰਤਾਂ ਸੀ, ਅਜਮੇਰ ਅਤੇ ਜੋਧਪੁਰ ਦੀਆਂ ਜਿਹੜੀਆਂ ਕੋਰਟਾਂ ਨੇ ਉਹ ਅਲੱਗ ਚੱਲਦੀਆਂ ਰਹਿਣਗੀਆਂ, ਸਪੈਸ਼ਲ ਕੋਰਟਾਂ, ਪੰਜਾਬ ਦੀ SYL ਬਣਾਈ ਜਾਏਗੀ, ਅਤੇ ਜਿਹੜਾ ਰਾਜ ਕਰਨੇ ਬਿਲਕੁਲ ਧੋਖਾ ਕਰਕੇ ਇਹਨਾਂ ਨੇ ਜਿਹੜਾ ਸਮਝੌਤਾ ਕੀਤਾ, ਜਿਹੜਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਬੱਜਰ ਗਲਤੀ ਹੈ। ਨਹੀਂ, ਅਕਾਲੀ ਦਲ ਨੇ ਤਾਂ ਕਿਉਂ ਕੀਤਾ? ਅਕਾਲੀ ਦਲ ਦੀ, ਕਿਉਂਕਿ ਅਕਾਲੀ ਦਲ ਜਿਹੜੀ ਵਾਗਡੋਰ ਜਦੋਂ ਇਹਨਾਂ ਕੋਲ ਬਰਨਾਲੇ ਕੋਲ ਅਤੇ ਬਲਵੰਤ ਸਿੰਘ ਕੋਲ ਆਈ, ਇਹ ਸਰਕਾਰ ਦੇ ਹਮੇਸ਼ਾ ਹੀ ਸਰਕਾਰ ਦੇ ਨਾਲ ਰਲ ਕੇ ਚੱਲਦੇ ਸੀ, ਇਹ ਸਰਕਾਰ ਨਾਲ ਲੋਕਾਂ ਨਾਲ ਧੋਖਾ ਕੀਤਾ ਇਹਨਾਂ ਨੇ। ਫਿਰ ਉਹਦੇ ਤੋਂ ਬਾਅਦ 85 ਦੀ ਜਿਹੜੀ ਵਸੀਰ ਸਿੰਘ ਬਰਨਾਲਾ ਸਰਕਾਰ ਬਣੀ, ਸਰਕਾਰ ਬਣੀ ਵੀ ਮੁੜ ਕੇ ਉਹਨਾਂ ਨੇ ਤੋੜ ਵੀ ਦਿੱਤੀ, ਜਦੋਂ ਉਹਨਾਂ ਜਿਹੜਾ ਜਿਹਾ ਕੰਮ ਕੀਤਾ ਉਸ ਤੋਂ ਮਗਰੋਂ ਤੋੜ ਵੀ ਦਿੱਤੀ। ਫਿਰ ਜਦੋਂ 99 'ਚ ਲੀਡਰਸ਼ਿਪ ਰਿਹਾ ਹੋ ਕੇ ਆਈ ਆ, ਉਦੋਂ ਮਗਰੋਂ ਅਸੀਂ ਜਿਹੜੀ ਇੱਕ ਇਲੈਕਸ਼ਨ ਜਿਹੜੀ ਮੈਂਬਰ ਪਾਰਲੀਮੈਂਟ ਦੀ ਆਉਂਦੀ ਆ 99 ਦੀ, ਜਿਹੜੀ ਅਸੀਂ ਲੜੀ ਨਹੀਂ, ਅਸੀਂ ਲੜਾਈ ਸੀਗੀ, 9 ਮੈਂਬਰ ਪਾਰਲੀਮੈਂਟ ਫੈਡਰੇਸ਼ਨ ਨੇ ਬਣਾਏ ਸੀ, ਜਿਸ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਹੋਣ 'ਚ ਆਉਂਦਾ। ਸਰਜੀ ਜਿਹੜਾ ਸਿਮਰਜੀਤ ਸਿੰਘ ਮਾਨ, ਇਹਨੂੰ ਤਰਨ ਤਾਰਨ ਤੋਂ ਇਲੈਕਸ਼ਨ ਲੜੀ ਸੀ, ਅਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਜਿੱਡੀ ਵੱਡੀ ਜਿਹੜੀ ਸੈਕਿੰਡ ਸੀ, 4.5 ਲੱਖ ਵੋਟਾਂ ਦੇ ਮਾਰਜਨ ਨਾਲ ਇਹ ਜਿੱਤੀ।